ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਬਟਾਲਾ ਦੀਆਂ ਨੇ ਜਿੱਥੇ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਖਤੀਬਾ ਵਿਖੇ ਇੱਕ ਸਰੋਂ ਦੇ ਤੇਲ ਵਾਲੇ ਟੈਂਕਰ ਅਤੇ ਕੋਲੇ ਦੇ ਟਰਾਲੇ ਦੀ ਟੱਕਰ ਹੋਣ ਨਾਲ ਜ਼ਬਰਦਸਤ ਸੜਕ ਹਾਦਸਾ ਹੋਇਆ। ਇਸ ਸੜਕ ਹਾਦਸੇ 'ਚ ਟੈਂਕਰ ਚਾਲਕ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ, ਜਦਕਿ ਟੈਂਕਰ 'ਚ ਸਵਾਰ ਉਸਦਾ ਇੱਕ ਸਾਥੀ ਬਲਜੋਤ ਸਿੰਘ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬਲਜੋਤ ਸਿੰਘ ਗੁਰਦਾਸਪੁਰ ਦੇ ਪਿੰਡ ਤਿੱਬੜ ਦਾ ਰਹਿਣ ਵਾਲਾ ਹੈ ਅਤੇ ਉੱਥੇ ਹੀ ਪਰਿਵਾਰ ਅਤੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਵੱਡਾ ਕੋਲੇ ਦਾ ਟਰਾਲਾ ਗੁਰਦਾਸਪੁਰ ਵੱਲ ਜਾ ਰਿਹਾ ਸੀ ਕਿ ਅਚਾਨਕ ਸੜਕ 'ਤੇ ਖੜਾ ਹੋਇਆ ਤਾਂ ਪਿੱਛੋਂ ਆ ਰਿਹਾ ਤੇਲ ਦਾ ਭਰਿਆ ਟੈਂਕਰ ਉਸਦੇ ਨਾਲ ਟਕਰਾ ਗਿਆ। ਕੀ ਨਾਂ ਸਰ ਆਪਣੇ? ਦਲਜੀਤ ਸਿੰਘ। ਕਿਹੜਾ ਪਿੰਡ ਆਪਣਾ ਜੀ? ਤਿੱਬੜ। ਕੀ ਕਾਰਨ ਰਿਹਾ ਜੀ ਐਕਸੀਡੈਂਟ ਦਾ? ਐਕਸੀਡੈਂਟ ਦਾ ਕਾਰਨ ਤੁਹਾਨੂੰ ਕੋਈ ਪਤਾ? ਮੈਂ ਪਿੰਡੋਂ ਆਇਆ ਬਸ। ਤੁਹਾਨੂੰ ਕਦੋਂ ਪਤਾ ਚੱਲਿਆ ਜੀ? ਸਾਨੂੰ ਪਤਾ ਚੱਲਿਆ 6:30 ਵਜੇ। ਐਕਸੀਡੈਂਟ ਦੇ ਵਿੱਚ ਕਿਸੇ ਦੀ ਡੈਥ ਵੀ ਹੋਈ ਹੈ ਜੀ? ਹਾਂਜੀ। ਕਿਹਦੀ ਡੈਥ ਹੋਈ ਹੈ? ਬੇਟਾ ਮੇਰਾ। ਕੀ ਨਾਮ ਆਪਣਾ? ਬਲਜੋਤ ਸਿੰਘ। ਜਿਹੜਾ ਆਪਣਾ ਟੈਂਕਰ ਹੈਗਾ ਉਹ ਕੀ ਉਹ 'ਚ ਲੋਡ ਹੈਗਾ ਜੀ? ਉਹ 'ਚ ਤੇਲ ਆ ਦੇਸੀ ਸਰੋਂ ਦਾ। ਕਿੱਥੋਂ ਲੈ ਕੇ ਆ ਰਹੇ ਜੀ? ਜੋਧਪੁਰ ਤੋਂ। ਅਤੇ ਕਿੱਥੇ ਆ ਕੇ ਐਕਸੀਡੈਂਟ ਹੋਇਆ ਜੀ? ਇਹ ਬਟਾਲੇ। ਠੀਕ ਹੈ ਜੀ। ਸੋ ਕੀ ਕਾਰਵਾਈ ਕੀਤੀ ਜਾ ਰਹੀ ਪ੍ਰਸ਼ਾਸਨ ਵੱਲੋਂ? ਪ੍ਰਸ਼ਾਸਨ ਜੀ ਦਾ ਕੋਈ ਕਾਰਵਾਈ ਨਹੀਂ, ਵੇਖਣ ਨਹੀਂ ਡਏ। ਆ ਦੋ ਪੁਲਿਸ ਵਾਲਿਆਂ ਨੇ ਲੱਗੇ ਘਟਾਉਣ ਲੱਗੇ ਕਦੀ ਕਿਤੇ ਲਾਸ਼ ਕੱਢਣ ਲੱਗੇ ਥੱਲਿਓਂ। 5 ਵਜੇ ਦਾ ਐਕਸੀਡੈਂਟ ਹੋਇਆ। 5 ਵਜੇ ਦਾ ਐਕਸੀਡੈਂਟ ਹੋਇਆ, 4:30 ਵਜੇ ਦਾ ਜੀ ਹੁਣ ਪੁਲਿਸ ਆਈ ਹੈ। ਸੋ ਜਿਹੜੀ ਦੂਸਰੀ ਗੱਡੀ ਨਾਲ ਜਿਸਨੂੰ ਐਕਸੀਡੈਂਟ ਹੋਇਆ ਹੈ ਉਸਦੇ ਬਾਰੇ ਕੁਝ ਪਤਾ? ਉਹਨਾਂ ਨੂੰ ਨਹੀਂ ਜਾਣਦੇ ਜੀ, ਨਾ ਉਹਨੂੰ ਪਤਾ ਜੀ ਇਹਦੇ ਪਿੰਡੋਂ ਆਇਆ ਕਿਹਦੀ ਗੱਡੀ। ਉਮਰਿਆਮ ਸਿੰਘ ਜੀ, ਇਹ ਸਵੇਰੇ 5 ਵਜੇ ਦਾ ਐਕਸੀਡੈਂਟ ਹੋਇਆ ਜੀ। ਅਸੀਂ ਤਾਂ ਸਵੇਰ 'ਤੇ ਆਣ ਕੇ ਦੇਖਣ ਡਏ ਹਾਂ, ਕੋਈ ਇੱਥੇ ਪੁਲਿਸ ਵਾਲਾ ਨਹੀਂ ਆਇਆ ਅੱਜ ਤੱਕ। ਹੁਣ ਆਏ ਆ ਜੀ, ਪਤਾ ਨਹੀਂ ਕੀ ਟਾਈਮ ਹੋ ਗਿਆ, ਤੁਹਾਨੂੰ ਪਤਾ ਹੀ ਹੈ, ਦੇਖ ਲਓ ਵੀ ਕੀ ਟਾਈਮ ਹੋ ਗਿਆ। ਸਵੇਰੇ 5 ਵਜੇ ਤੋਂ ਇੱਕ ਡੈਡ ਬੋਡੀ ਥੱਲੇ ਪਈ ਆ, ਉਹ ਪਤਾ ਨਹੀਂ ਕਿਹੜੀ ਕੰਡੀਸ਼ਨ 'ਚ ਪਈ ਆ, ਕਿਹੜੀ ਕੰਡੀਸ਼ਨ 'ਚ ਨਹੀਂ ਪਈ, ਇਹ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਤੁਸੀਂ ਆਪ ਦੇਖ ਰਹੇ ਜੇ। ਗੱਡੀ ਮੇਰੇ ਖਿਆਲ ਉਹ ਰੋਡ ਦੇ ਉੱਪਰ ਖੜੀ ਸੀ, ਇੱਕ ਟੈਂਕਰ ਤੇਲ ਵਾਲਾ ਆ ਰਿਹਾ ਸੀਗਾ ਤਾਂ ਉਹਦੇ ਵਿੱਚ ਵੱਜੀ ਆ ਗੱਡੀ ਆਣ ਕੇ, ਅਤੇ ਉਹਦੇ ਵਿੱਚ ਗੱਡੀ ਆਣ ਕੇ ਵੱਜੀ ਆ। ਪਰ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਬਹੁਤ ਨਿਕੰਮੀ ਨਜ਼ਰ ਆਈ ਆ ਜੀ। ਜਾਨੀ ਨੁਕਸਾਨ ਹੋਇਆ ਜੀ, ਥੱਲੇ ਡੈੱਡ ਬਾਡੀ ਪਈ ਅਜੇ ਤੱਕ ਨਹੀਂ ਕਿਸੇ ਨੇ ਕੱਢੀ, ਅਜੇ ਤੱਕ ਨਹੀਂ ਕਿਸੇ ਨੇ ਕੱਢੀ। ਹੁਣ ਆਈ ਹੈ ਪੁਲਿਸ, ਅਤੇ ਹੁਣ ਆਈ ਹੈ ਪੁਲਿਸ, ਅਤੇ ਪੁਲਿਸ ਹੁਣ ਆ ਰਹੀ, ਦੇਖ ਲਓ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ। ਹਾਂਜੀ ਸਰ, ਕੀ ਨਾਮ ਆਪਣਾ ਜੀ? ਮੈਂ ਨਾਮ ਰਾਮ ਸਿੰਘ, ਮੈਂਬਰ ਪੰਚਾਇਤ ਪਿੰਡ ਤਿੱਬੜ। ਸਰ ਜੋ ਐਕਸੀਡੈਂਟ ਹੋਇਆ ਕੀ ਕਾਰਨ ਰਿਹਾ ਐਕਸੀਡੈਂਟ ਦਾ ਜੀ? ਐਕਸੀਡੈਂਟ ਕਾਰਨ ਇਹ ਰਿਹਾ ਵੀ ਜਿਹੜੀ ਕੋਲੇ ਵਾਲੀ ਗੱਡੀ ਹੈ ਗੁਹਾਟੀ ਤੋਂ ਮੇਰਾ ਖਿਆਲ ਕੋਲਾ ਭਰ ਕੇ ਲਿਆ ਰਹੇ ਅਤੇ ਜਾ ਰਹੇ ਸੀਗੇ ਜੀ, ਅਤੇ ਇਹਨਾਂ ਨੂੰ ਕਿਤੇ ਰਾਹ 'ਚ ਨੀਂਦ ਆ ਗਈ, ਇਹਨਾਂ ਬ੍ਰੇਕਾਂ ਮਾਰਤੀਆਂ ਨੇ, ਅਤੇ ਜਿਹੜੀ ਦੂਸਰੀ ਗੱਡੀ ਤੇਲ ਵਾਲੀ ਸੀਗੀ ਇਹ ਸਿੱਧੀ ਵਿੱਚ ਆਣ ਕੇ ਠੋਕ ਗਈ ਹੈ ਜੀ। ਹਾਂਜੀ। ਕੋਈ ਜਾਨੀ ਨੁਕਸਾਨ? ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ, ਗੱਡੀ ਸਾਰੀ ਟੁੱਟ ਗਈ ਆ, ਅਤੇ ਇੱਕ ਬੰਦੇ ਦੀ ਡੈਥ ਹੋ ਗਈ, ਇੱਕ ਬੰਦਾ ਹੋਸਪਿਟਲ 'ਚ ਦਾਖਲ ਆ। ਕੀ ਨਾਂ ਜੀ ਜਿਹਦੀ ਡੈਥ ਹੋਈ ਆ? ਬਲਜੋਤ ਸਿੰਘ। ਕਿੰਨੀ ਉਮਰ ਉਹਨਾਂ ਦੀ? ਕੋਈ 30-32 ਸਾਲ। ਹੋਸਪਿਟਲ 'ਚ ਜੋ ਜ਼ਖਮੀ ਨੇ ਉਹਨਾਂ ਦਾ ਕੀ ਨਾਮ ਹੈ? ਉਹਨਾਂ ਦਾ ਸਰਬਜੀਤ ਸਿੰਘ। ਕਿਹੜੇ ਪਿੰਡ ਤੋਂ ਆ ਜੀ? ਪਿੰਡ ਤਿੱਬੜ ਜੀ। ਠੀਕ ਹੈ ਜੀ। ਚਲੋ ਠੀਕ ਹੈ, ਬੜਾ ਇੱਕ ਮਿੰਟ। ਹਾਂਜੀ ਸਰ, ਕੀ ਨਾਮ? ਹਾਂਜੀ, ਮੈਂ ਐਸ ਸੀ ਬਲਜੀਤ ਸਿੰਘ। ਇਹ ਪਿੰਡ ਖਤੀਬ ਦਾ ਏਰੀਆ ਵਾ, ਗੱਡੀ ਇੱਕ ਜਿਹੜਾ ਕੋਲੇ ਵਾਲਾ ਟਰੱਕ 'ਚ ਪਹਿਲਾਂ ਜਸਟ 2 ਕੁ ਮਿੰਟ ਪਹਿਲਾਂ ਖੜਿਆ ਵਾ, ਉਸ ਤੋਂ ਬਾਅਦ ਫਿਰ ਇਹ ਟੀਰ ਵਾਲਾ ਕੈਂਟਰ ਜਿਹੜਾ ਪਿੱਛੇ ਆ ਰਿਹਾ ਸੀਗਾ ਉਹ ਖੜੀ ਗੱਡੀ ਜਦੋਂ ਵੱਜਿਆ ਵਾ, ਅਤੇ ਨਾਲ ਹੀ ਦੋਨੋਂ ਗੱਡੀਆਂ ਪਲਟ ਗਈਆਂ, ਉਹਦੇ ਵਿੱਚ ਜਿਹੜਾ ਡਰਾਈਵਰ ਨੂੰ ਸੱਟਾਂ ਲੱਗੀਆਂ ਉਹ ਐਂਬੂਲੈਂਸ 'ਤੇ ਹੋਸਪਿਟਲ ਭੇਜਤਾ, ਦੂਸਰਾ ਜਿਹੜਾ ਇੱਕ ਸਾਈਡ ਕੰਡੀਟਰ ਸਾਈਡ ਬੈਠਾ ਸੀਗਾ ਉਹ ਬਾਡੀ ਦੇ ਬਸੀ ਦੇ ਵਿੱਚ, ਬਾਕੀ ਆ ਲਾਈਆਂ ਨੇ ਢੇਰੇ ਵਗੈਰਾ ਕਰੇਨਾ, ਇਹਨਾਂ ਗੱਡੀ ਸਿੱਧੀ ਕਰਾ ਕੇ ਬਾਡੀ ਕਢਾ ਰਹੇ ਹਾਂ। ਘਟਨਾ ਦੀ ਜਾਣਕਾਰੀ ਮਿਲਦੀ ਹੈ, ਪੁਲਿਸ ਪ੍ਰਸ਼ਾਸਨ ਵੱਲੋਂ ਗੱਡੀਆਂ 'ਚ ਫਸੀ ਮ੍ਰਿਤਕ ਦੀਆਂ ਲਾਸ਼ਾਂ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਬਟਾਲਾ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ, ਜਗਬਾਣੀ TV।